ਜਿਵੇਂ ਹੀ ਪੰਜਾਬ ਸਣੇ ਪਹਾੜਾਂ ਵਿੱਚ ਮੀਂਹ ਪੈਣਾ ਸ਼ੁਰੂ ਹੋਇਆ ਤਾਂ ਦਰਿਆਵਾਂ ਵਿੱਚ ਪਾਣੀ ਦਾ ਪੱਧਰ ਵੀ ਵਧਣ ਲੱਗਿਆ। ਡੈਮ ਪਾਣੀ ਨਾਲ ਉਛਾਲੇ ਮਾਰਨ ਲੱਗੇ ਜਿਸ ਕਾਰਨ ਡੈਮਾਂ ਦਾ ਵਾਧੂ ਪਾਣੀ ਦਰਿਆਵਾਂ ਵਿੱਚ ਆਉਣ ਲੱਗਿਆ। ਪਰ ਇਹ ਪਾਣੀ ਆਇਆ ਅਤੇ ਬਿਨਾਂ ਕੁਝ ਕੀਤਿਆਂ ਚਲਾ ਜਾਵੇ, ਇਹ ਕਿਵੇਂ ਹੋ ਸਕਦਾ ਹੈ? ਦਰਿਆ ਦਾ ਪਾਣੀ ਆਇਆ ਅਤੇ ਕਿਸਾਨਾਂ ਦੀ ਖੜੀ ਫਸਲ ਸਣੇ ਉਹਨਾਂ ਦੀਆਂ ਜ਼ਮੀਨਾਂ ਤੱਕ ਹੜਾ ਕੇ ਲੈ ਗਿਆ। ਤਸਵੀਰਾਂ ਸ਼੍ਰੀ ਅਨੰਦਪੁਰ ਸਾਹਿਬ ਦੇ ਪਿੰਡ ਹਰੀਵਾਲ, ਮਹਿੰਦਲੀ ਕਲਾਂ, ਬੱਲੋਵਾਲ ਅਤੇ ਨਿੱਕੂਵਾਲ ਦੀਆਂ ਨੇ, ਜਿੱਥੇ ਦਰਿਆ ਵਿੱਚ ਪਾਣੀ ਦਾ ਪੱਧਰ ਵਧਣ ਅਤੇ ਭਾਖੜਾ ਡੈਮ ਤੋਂ ਛੱਡੇ ਪਾਣੀ ਕਾਰਨ ਕਿਸਾਨਾਂ ਦੀਆਂ ਜ਼ਮੀਨਾਂ ਨੂੰ ਲਗਾਤਾਰ ਖਾਰ ਪੈ ਰਹੀ ਹੈ। ਖੜੀ ਫਸਲ ਸਣੇ ਜ਼ਮੀਨਾਂ ਪਾਣੀ ਵਿੱਚ ਰੁੜ ਰਹੀਆਂ ਨੇ, ਜਿਸ ਕਾਰਨ ਕਿਸਾਨਾਂ ਦੀ ਪਰੇਸ਼ਾਨੀ ਦਾ ਆਲਮ ਸਿਖਰਾਂ 'ਤੇ ਹੈ। ਸਤਿ ਸ਼੍ਰੀ ਅਕਾਲ ਜੀ, ਮੈਂ ਜਤਿੰਦਰ ਸਿੰਘ ਪਿੰਕਾ, ਪਿੰਡ ਨਿੱਕੂਵਾਲਾ ਜੀ ਮੇਰਾ, ਅਤੇ ਜਿਸ ਜਗ੍ਹਾ ਅਸੀਂ ਖੜ੍ਹੇ ਹੈ ਮੇਰੀ ਆਪਣੀ ਜ਼ਮੀਨ ਹੈ, ਅਤੇ ਪਿਛਲੇ ਕਾਫੀ ਲੰਬੇ ਸਮੇਂ ਤੋਂ ਸਾਨੂੰ ਹੜ੍ਹ ਜਿਹੜੇ ਆ ਉਹ ਮਾਰ ਕਰਦੇ ਆ ਰਹੇ ਪਏ, ਅਤੇ ਇਸ ਸਾਲ ਜਿਹੜਾ ਇਹ BBMB ਨੇ ਭਾਖੜੇ ਤੋਂ ਜਿਹੜਾ ਇਹ ਪਾਣੀ ਛੱਡਿਆ, ਇਸ ਪਾਣੀ ਨਾਲ ਸਾਡੀ ਸਾਰੀ ਜ਼ਮੀਨ ਜਿਹੜਾ 1.5 ਕਿੱਲੇ ਦਾ ਟੱਕ ਹੈ, ਇਹ ਤਕਰੀਬਨ ਮਹਿਜ ਮੈਂ ਕਹਿੰਦਾ 4 ਕੁ ਕਨੈਲ ਜਗ੍ਹਾ ਰਹਿ ਗਈ ਹੈ ਜੀ। ਸਾਡੇ ਟੱਕ ਤੋਂ ਅੱਗੇ ਵੀ 4-5 ਕੁ ਕਨੈਲ ਜਗ੍ਹਾ ਹੋਰ ਸੀਗੀ, ਉਹ ਵੀ ਹੜ੍ਹ ਚੁੱਕੀ ਹੈ। ਅਤੇ ਸਾਡੀ ਪ੍ਰਸ਼ਾਸਨ ਨੂੰ ਅਤੇ ਸਰਕਾਰ ਨੂੰ ਸਭ ਤੋਂ ਪਹਿਲੀ ਅਪੀਲ ਇਹ ਹੈ ਕਿ ਪਾਣੀ ਨੂੰ ਜਲਦੀ ਤੋਂ ਜਲਦੀ ਇਹਨੂੰ ਬੰਦ ਕੀਤਾ ਜਾਵੇ ਤਾਂ ਕਿ ਅਸੀਂ ਆਪਣੀ ਜਿਹੜੀ ਬਾਕੀ ਸਾਡੀ ਰਹਿੰਦੀ ਜ਼ਮੀਨ ਹੈ ਉਹਨੂੰ ਬਚਾ ਸਕੀਏ। ਨੰਬਰ 2, ਜਿਹੜਾ ਇਸ ਜਗ੍ਹਾ ਦੇ ਵਿੱਚ ਪਾਣੀ ਆਉਂਦਾ, BBMB ਇਸ ਪਾਣੀ ਤੋਂ ਮੁਨਾਫਾ ਕਮਾਉਂਦੀ ਹੈ, ਅਤੇ ਸਾਡਾ ਏਰੀਆ ਜਿਹੜਾ ਇਹਦੀ ਮਾਰ 'ਚ ਝੇਲਦਾ ਆਉਂਦਾ ਹੈ। ਸਾਡੇ ਇਕੱਲੇ ਪਿੰਡ ਦੇ ਵਿੱਚ 1-1 ਨੌਜਵਾਨ ਨੂੰ ਜਿਹੜੇ ਬੇਰੁਜ਼ਗਾਰ ਬੈਠੇ ਆ ਉਹਨਾਂ ਨੂੰ ਨੌਕਰੀ ਮਿਲਣੀ ਚਾਹੀਦੀ ਹੈ, ਕਿਉਂਕਿ ਅਸੀਂ 10 ਰੁਪਏ ਜੁੰਟ ਬਿਜਲੀ ਦਿੰਦੇ ਹਾਂ ਅਤੇ ਸਾਨੂੰ ਨੌਕਰੀ ਕਿਸੇ ਨੂੰ ਨਹੀਂ ਹੈ, ਬੇਰੁਜ਼ਗਾਰ ਬੈਠੇ ਸਾਰੇ। ਇਸ ਪਰੇਸ਼ਾਨੀ ਨਾਲ ਜੂਝ ਰਹੇ ਕਿਸਾਨਾਂ ਮੁਤਾਬਕ ਇਹ ਹੜ੍ਹ ਹਰੇਕ ਸਾਲ ਆਉਂਦੇ ਨੇ ਅਤੇ ਹਰੇਕ ਸਾਲ ਹੀ ਪ੍ਰਸ਼ਾਸਨ ਜਲਦ ਹੱਲ ਦਾ ਭਰੋਸਾ ਦੇ ਕੇ ਚਲਿਆ ਜਾਂਦਾ ਹੈ, ਜਦਕਿ ਅਗਲੇ ਸਾਲ ਹੜ੍ਹਾਂ ਤੱਕ ਫਿਰ ਸਭ ਕੁਝ ਰਾਮ ਭਰੋਸੇ ਛੱਡ ਦਿੱਤਾ ਜਾਂਦਾ ਹੈ। ਅਸੀਂ ਹਰ ਵਾਰ ਹਰ ਸਾਲ ਸਰਕਾਰ ਕੋਈ ਹੋਵੇ ਅਸੀਂ ਨਾ ਕੰਢਿਆਂ 'ਤੇ ਆ ਕੇ ਲੋਕਾਂ ਦੇ ਜ਼ਮੀਨਾਂ ਹੜ੍ਹਦੀਆਂ ਦੇਖ ਕੇ ਮੌਕਾ ਦਿਖਾ ਕੇ ਅਫਸਰਾਂ ਨੂੰ ਚਲੇ ਜਾਂਦੇ ਆ, ਪਰ ਅਫਸਰ ਜਿਹੜੇ ਆ ਜਦੋਂ ਵੀ ਆਉਂਦੇ ਆ ਉਹ ਤੋਂ ਬਾਅਦ ਕੰਮ ਸ਼ੁਰੂ ਹੁੰਦਾ, ਪਾਣੀ ਆ ਜਾਂਦਾ। ਪਰ ਇਹ ਸਾਡੀ ਪੁਰਜ਼ੋਰ ਬੇਨਤੀ ਆ ਸਰਕਾਰਾਂ ਨੂੰ, ਇਹ ਉਦੋਂ ਤੱਕ ਕੰਮ ਸੁਧਰਨਾ ਨੇ ਜਦੋਂ ਇਹ ਸੀਜ਼ਨ ਤੋਂ ਪਹਿਲਾਂ, ਹੜ੍ਹ ਤੋਂ ਪਹਿਲਾਂ ਇਹ ਕੰਮ ਨਾ ਕੀਤਾ ਜਾਵੇ। ਹੜ੍ਹ ਤੋਂ ਪਹਿਲਾਂ, ਹੜ੍ਹ ਪਾਣੀ ਆਉਣ ਤੋਂ ਪਹਿਲਾਂ ਸੁੱਕੀ ਜਗ੍ਹਾ ਇਹਦਾ ਜਿਹੜਾ ਕੰਮ ਚਲਾਇਆ ਜਾਵੇ ਤਾਂ ਕੰਮ ਉਹਨਾਂ ਨੇ ਚੱਲਦੇ ਪਾਣੀ ਕੰਮ ਦਾ ਮਤਲਬ ਨਹੀਂ ਬਣਦਾ, ਭਾਵੇਂ ਜਿੰਨੇ ਮਜ਼ਦੂਰ ਲੜ। ਇਸ ਕਰਕੇ ਸਰਕਾਰਾਂ ਅੱਖਾਂ ਪੂੰਝ ਦਿੰਦੀਆਂ, ਲੋਕ ਰੋ ਕੇ ਘਰ ਨੂੰ ਚੱਲ ਜਾਂਦੇ ਅਤੇ ਅਫਸਰਾਂ ਨੂੰ ਮੋਹਰੇ ਕਰ ਦਿੰਦੇ। ਇਸ ਕਰਕੇ ਇਹ ਕਾਮਯਾਬ ਕੋਈ ਗੱਲ ਨਹੀਂ ਹੈਗੀ ਆ। ਸਰਕਾਰਾਂ ਜਿਹੜੀਆਂ ਹੈ ਉਹ ਸਮਾਂ ਟਪਾ ਰਹੀਆਂ, ਇਸ ਕਰਕੇ ਸਮਾਂ ਟੱਪ ਰਿਹਾ, ਸਮਾਂ ਟੱਪ ਜਾਣਾ, ਲੋਕਾਂ ਦੇ ਖੇਤ ਹੜ੍ਹ ਜਾਣੇ, ਹੜ੍ਹ ਆ ਕੇ ਚਲੇ ਜਾਣਾ, ਇਹ ਹਰ ਸਾਲ ਇਵੇਂ ਹੁੰਦਾ। ਇਹਦਾ ਪੱਕਾ ਹੱਲ, ਇਹਦਾ ਚੈਨਲਾਈਜ਼ ਆ, ਜੇ ਚੈਨਲਾਈਜ਼ ਬਣਾਉਂਦੇ ਆ ਤਾਂ ਇਹਦਾ ਪੱਕਾ ਹੱਲ ਹੈ, ਨਹੀਂ ਤਾਂ ਕੋਈ ਪੱਕਾ ਹੱਲ ਨਹੀਂ ਹੈ। ਕਦੇ ਦਰਿਆ ਇੱਧਰ ਆ ਜਾਂਦਾ, ਕਦੇ ਉੱਧਰ ਚਲ ਜਾਂਦਾ, ਦਰਿਆ ਨੇ ਹਰ ਵਕਤ ਆਪਣੇ ਰਸਤੇ ਜਿਹੜੇ ਅਲੱਗ ਅਲੱਗ ਬਣਾਏ ਹੋਏ। ਹੁਣ ਕੀ ਪਾਣੀ ਇਹ ਰੋਕ ਕੇ ਭਾਖੜੇ ਵਾਲੇ ਪਾਣੀ ਰੋਕਦੇ, ਉਹ ਤੋਂ ਬਾਅਦ ਰੋਕਣ ਤੋਂ ਬਾਅਦ ਉਹ ਕਿਤੇ ਮਾਲ ਚੱਕਿਆ ਜਾਵੇ, ਪਰ ਇੱਦਾਂ ਦੇ ਤਾਂ ਸਿਸਟਮ, ਇੱਦਾਂ ਦੇ ਪੁਆਇੰਟ ਬਹੁਤ ਆ। ਇੱਕ ਪੁਆਇੰਟ ਨਹੀਂ ਆ, ਲੋਧੀਪੁਰ ਵੀ ਹੈ, ਨਿੱਕੂਵਾਲ ਦੇ ਵੀ ਹੈ, ਹਰੀਵਾਲ ਹੈ, ਸਾਰੇ ਇਹ ਪੁਆਇੰਟ ਇੱਕ ਥੋੜ੍ਹੇ ਆ। ਇਹਨੂੰ ਕਿੱਦਾਂ ਚੱਕਿਆ ਜਾ ਸਕਦਾ? ਇਹ ਠੀਕ ਹੈ ਚੱਕ ਦੇਣ, ਨਹੀਂ ਚੱਕ ਦੇਣ ਸਾਨੂੰ ਨਹੀਂ ਪਤਾ, ਪਰ ਚੱਕਿਆ ਨਹੀਂ ਜਾ ਸਕਦਾ। ਉੱਧਰ ਮੌਕੇ 'ਤੇ ਪਹੁੰਚੇ SDM ਕੰਨੂ ਗਰਗ ਮੁਤਾਬਕ ਕਿਸਾਨਾਂ ਦੀ 1 ਏਕੜ ਉਪਜਾਊ ਜ਼ਮੀਨ ਸਤਲੁਜ ਵਿੱਚ ਵੱਧ ਪਾਣੀ ਛੱਡਣ ਕਾਰਨ ਰੁੜ ਗਈ ਹੈ ਅਤੇ ਸਥਿਤੀ ਹੁਣ ਵੀ ਗੰਭੀਰ ਬਣੀ ਹੋਈ ਹੈ, ਜਿਸ ਦਾ ਕਿ ਜਲਦ ਹੱਲ ਕਰ ਦਿੱਤਾ ਜਾਵੇਗਾ। ਉਹਨਾਂ ਕਿਹਾ ਹੈ ਕਿ ਜਿਨ੍ਹਾਂ ਕਿਸਾਨਾਂ ਦੀ ਜ਼ਮੀਨ ਸਤਲੁਜ ਵਿੱਚ ਰੁੜ ਗਈ ਹੈ ਉਹਨਾਂ ਨੂੰ ਸਰਕਾਰ ਵੱਲੋਂ ਬਣਦਾ ਮੁਆਵਜ਼ਾ ਦਿਵਾਉਣ ਲਈ ਕਾਰਵਾਈ ਕੀਤੀ ਜਾ ਰਹੀ ਹੈ। ਤੁਸੀਂ ਮੌਕਾ ਦੇਖਣ ਆਏ ਹੋ, ਲੋਕਾਂ ਦੀਆਂ 1 ਕਿੱਲੇ ਜ਼ਮੀਨਾਂ ਹੜ੍ਹ ਚੁੱਕੀਆਂ। ਐਕਚੁਲੀ ਜਿਹੜਾ ਨੱਕੀਆਂ ਪਾਵਰ ਹਾਊਸ ਹੈ ਉਹ ਥੋੜ੍ਹਾ ਜਿਹਾ ਸ਼ਟਡਾਊਨ ਅਸੀਂ ਕੀਤਾ ਹੋਇਆ ਹੈ, ਥੋੜ੍ਹੀ ਉਹਦੇ ਵਿੱਚ ਦਿੱਕਤ ਆ ਰਹੀ ਸੀਗੀ ਜਿਹਦੇ ਕਰਕੇ ਪਾਣੀ ਇੱਧਰ ਸਾਨੂੰ ਡਾਇਵਰਟ ਕਰਨਾ ਪਿਆ ਹੈ। ਅਤੇ ਮੇਰੀ ਸਵੇਰੇ BBMB ਨਾਲ ਵੀ ਗੱਲ ਹੋਈ ਹੈ ਅਤੇ DC ਮੈਮ ਨਾਲ ਵੀ ਮੇਰੀ ਗੱਲ ਹੋਈ ਸੀ, ਅਤੇ ਅਸੀਂ ਕੋਸ਼ਿਸ਼ ਕਰ ਰਹੇ ਹਾਂ ਕਿ ਜਿਹੜਾ BBMB ਉੱਪਰੋਂ ਪਾਣੀ ਛੱਡ ਰਹੀ ਹੈ ਕਿ ਜਦੋਂ ਤੱਕ ਪਾਵਰ ਹਾਊਸ ਨਹੀਂ ਠੀਕ ਹੋ ਜਾਂਦਾ ਉਦੋਂ ਤੱਕ ਥੋੜ੍ਹਾ ਉਹ ਹੋਲਡ ਕਰ ਲੈਣ ਤਾਂ ਕਿ ਪਿੰਡਾਂ ਨੂੰ ਥੋੜ੍ਹੀ ਰਾਹਤ ਮਿਲ ਸਕੇ। ਮੈਮ ਇਹਨਾਂ ਦੇ 1 ਮਿੰਟ ਕੀਮਤੀ ਹੈ, ਜੇ ਆਪਾਂ ਹੁਣ 10 ਮਿੰਟ ਬਾਅਦ ਵੀ ਬਿਲਕੁਲ ਦੇਖਣ 'ਤੇ ਕਾਫੀ ਜਿਹੜੀ ਹੈਗੀ ਸਿਚੁਏਸ਼ਨ ਗੰਭੀਰ ਹੈਗੀ ਹੈ, ਇਸ 'ਚ ਕੋਈ ਸ਼ੱਕ ਹੀ ਨਹੀਂ ਹੈਗਾ। ਰਾਤ ਨੂੰ ਵੀ ਕਾਫੀ ਇੱਥੇ ਜਿਹੜੀ ਜ਼ਮੀਨ ਹੜ ਗਈ ਹੈਗੀ ਹੈ, ਅਤੇ ਹੁਣ ਜਿਹੜਾ ਵੀ ਮੌਕਾ ਜਿਹੜਾ ਅਸੀਂ ਦੇਖਿਆ ਹੈਗਾ ਹੈ ਉਹਦੀ ਰਿਪੋਰਟ ਮੈਂ ਨਾਲ ਦੀ ਨਾਲ ਜਿਹੜਾ ਹੈ ਡਿਪਟੀ ਕਮਿਸ਼ਨਰ ਨੂੰ ਕਰਕੇ ਜਿੰਨੀ ਜਲਦੀ ਹੈਗਾ ਇਹਦਾ ਹੱਲ ਕਢਵਾਉਣ ਦੀ ਕੋਸ਼ਿਸ਼ ਕਰਦੇ ਹਾਂ। ਮੈਮ ਜਿਹਨਾਂ ਦੀ ਕੋਈ ਜਿਹੜਾ ਪਿਛਲੇ ਸਾਲ ਜਿਹੜਾ ਖਰਾਬਾ ਸੀ ਉਹਦਾ ਅਸੀਂ ਕਾਫੀ ਹੱਦ ਤੱਕ ਜਿਹੜਾ ਹੈ ਬੰਨ ਚੁੱਕੇ ਹੈਗੇ ਹਾਂ, ਅਤੇ ਇਸ ਸਾਲ ਦਾ ਜੋ ਵੀ ਹੈ ਅਸੀਂ ਨਾਲ ਦੀ ਨਾਲ ਡੀਟੀ ਰਿਪੋਰਟ ਜਿਹੜੀ ਹੈਗੀ ਹੈ ਅਸੀਂ ਭਿਜਵਾ ਦਿੰਦੇ ਹਾਂ, ਜਿਸ ਕੋਈ ਵੀ ਨੁਕਸਾਨ ਹੋਇਆ ਹੋਵੇ ਜਾਨੀ ਮਾਲੀ ਜਿਸ ਤਰ੍ਹਾਂ ਦਾ ਵੀ, ਅਤੇ ਜਿਵੇਂ ਵੀ ਸਾਨੂੰ ਉੱਪਰੋਂ ਸਰਕਾਰ ਵੱਲੋਂ ਇੰਸਟਰਕਸ਼ਨ ਦਿੰਦੇ ਹਾਂ ਅਸੀਂ ਉਸ ਹਿਸਾਬ ਨਾਲ ਜਿਹੜਾ ਹੈ ਖਰਾਬਾ ਬਣਵਾ ਦਿੰਦੇ ਹਾਂ। ਕਦੋਂ ਤੱਕ ਮੈਂ ਦੱਸ ਦਈਏ ਕਿ ਇਹ ਕੋਈ ਪਹਿਲੀ ਵਾਰ ਦੀ ਘਟਨਾ ਨਹੀਂ, ਹਰ ਵਾਰ ਪਾਣੀ ਆਉਂਦਾ ਹੈ ਅਤੇ ਜ਼ਮੀਨਾਂ ਹੜਾ ਕੇ ਲੈ ਜਾਂਦਾ ਹੈ। ਕਈ ਵਾਰ ਤਾਂ ਪਾਣੀ ਵੱਧ ਜਾਣ ਕਾਰਨ ਕਿਸਾਨਾਂ ਦੀਆਂ ਫਸਲਾਂ ਪੂਰੀ ਤਰ੍ਹਾਂ ਮਾਰੀ ਜਾਂਦੀਆਂ ਨੇ ਅਤੇ ਪਾਣੀ ਪਿੰਡਾਂ ਵਿੱਚ ਪਹੁੰਚ ਕੇ ਲੋਕਾਂ ਦੇ ਘਰਾਂ ਤੱਕ ਵੜ ਜਾਂਦਾ ਹੈ।
पर इस दे बावजूद भी दरिया नूं चैनलाइज करन लई कुछ खास नहीं किया जाता, जिस कारण हर साल ही हालत मुड़ तो बिगड़ जाते हैं, जिसका खामियाजा आम लोगों सने किसानों नूं वड्डी पद्धर ते भुगतना पैंदा है। श्री आनंदपुर साहब तो बुद्ध सिंह राणा, पंजाबी लोक चैनल।